ਹੈਲੋ ਫਰੈਂਡਸ ਮੇਰਾ ਨਾਮ ਹਰਮਨ ਹੈ ਅੱਜ ਆਪਾਂ ਇਹੋ ਜੇ ਨੁਕਸੇ ਬਾਰੇ ਗੱਲ ਕਰਾਂਗੇ ਜੋ ਕਿ ਬਹੁਤ ਜ਼ਿਆਦਾ ਬੈਨੀਫਿਟ ਨੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਗਾ ਮੇਰੀ ਸਿਰ ਵੀਡੀਓ ਸਿਰ 2-3 ਮਿੰਟ ਦੀ ਹੈ ਬਟ ਇਹ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਦੇਗੀ ਸਿਰ 2-3 ਮਿੰਟ ਮੈਂ ਤੁਹਾਡੇ ਵਿੱਚ ਲਵਾਵਾਂਗਾ ਬਸ ਜਿਹੜੇ ਬਜ਼ੁਰਗ ਜਿਨ੍ਹਾਂ ਦੇ ਬੈਕ ਪੇਨ ਆਂਦੀ ਹੈ ਜਿਹੜੇ ਲੱਕ 'ਚ ਬਹੁਤ ਆ ਦਰਦ ਹੈ ਜਿਹੜੇ ਬੈਠ ਕੇ ਉੱਠੀ ਪਾਉਂਦੇ ਆਪਾਂ ਉਹ ਚੀਜ਼ਾਂ ਪੰਜ ਚੀਜ਼ਾਂ 50 ਗ੍ਰਾਮ ਬਰਾਬਰ ਸ਼ਮਤਾ ਲੈਣੀਆਂ ਨੇ ਇਹ ਪੰਜ ਚੀਜ਼ ਤੁਹਾਨੂੰ ਮੈਂ ਦਿਖਾਣਾ ਹੁੰਨੇ ਮੈਂ ਇਹ ਲੱਕ ਚ ਪਣਾ 50 ਰੁਪਏ ਲੈਣੀ ਹੈ ਤੋਂ ਮੈਂ ਲ 50 ਗ੍ਰਾਮ ਇਹ ਜ਼ਰੂਰੀ ਨਹੀਂ ਤੁਸੀਂ ਹਰ ਕੋਈ ਚੀਜ਼ ਲੈਣੀ ਹੈ ਤੁਸੀਂ ਕਿਸੇ ਵੀ ਲੱਗੇ ਤਾਂ ਕਿ ਕੋਈ ਵੀ ਪੰਸਾਰੀ ਸ਼ਾਪ ਹੈ ਸਾਫ ਸੁੱਤਾ ਤੁਸੀਂ ਮਾਲ ਲੈ ਸਕਦੇ ਹੋ ਤੇ ਇਹ ਸਾਰੀ ਘਟੀ ਚੀਜ਼ਾਂ ਰਲਾ ਕੇ ਇਹਨੂੰ ਪਾਊਡਰ ਕਰਕੇ ਅੱਧਾ ਗ੍ਰਾਮ ਸਵੇਰੇ ਦੁੱਧ ਨਾਲ ਅੱਧਾ ਗ੍ਰਾਮ ਸ਼ਾਮੀ ਦੁੱਧ ਨਾਲ ਇਹ ਤੁਸੀਂ ਲੈਣਾ 10 ਕੋ ਦਿਨ ਤੱਕ ਲੱਕ ਦਰਦ ਜੋ ਵੀ ਹੈ ਥੋੜਾ ਸਭ ਦੂਰ ਹੋ ਜਾਏਗਾ ਜੇ ਮੇਰੇ ਕਿਸੇ ਨੂੰ ਕੈਲਸ਼ੀਅਮ ਦੀ ਕਮੀ ਹੈ ਉਹ ਵੀ ਕੈਲਸ਼ੀਅਮ ਮੇਂ ਦੂਰ ਕਰ ਦੇਗੀ ਹੁਣ ਆਪਾਂ ਦੂਜੇ ਨੁਕਸੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਵੀਕਨੈਸ ਹੁੰਦੀ ਹੈ ਇਸ ਚਾਇਮਿਰਾ ਦੀ ਕਮੀ ਹੈ ਜਿਹੜੇ ਗੱਲ ਨਹੀਂ ਕਰ ਪੰਦੇ ਚੀਜ ਜਗਦੇ ਨੇ ਉਨਾਸਾ ਬਹੁਤ ਵਧੀਆ ਬੈਨੀਫਿਟ ਵਾਲਾ ਨੁਕਸਾ ਲੈ ਕੇ ਆਏ ਆ ਬਹੁਤ ਦਾ ਲੰਬਾ ਜਿਹਾ ਨੁਕਸਾ ਨਹੀਂ ਹੈ ਸਿਰਫ 12 13 ਆਈਟਮਾਂ ਨੇ ਸਾਲਮ ਪੰਜਾ 20 ਗ੍ਰਾਮ ਸਾਲਮ ਮਿਸ਼ਰੀ 20 ਗ੍ਰਾਮ ਅੱਕਾ ਕਰਾ ইরਾਨੀ ਲੈਣਾ ਹੈ 20 ਗ੍ਰਾਮ ਚਿੱਟੀ ਮੁਸਲੀ 20 ਗ੍ਰਾਮ ਅਸਗੰਧ ਜਾਂ ਅਸ਼ਵਗੰਧਾ 20 ਗ੍ਰਾਮ ਬਲੈਕ ਮੁਸਲੀ 20 ਗ੍ਰਾਮ ਚਿੱਟੇ ਬੀਕੋਂਚ 20 ਗ੍ਰਾਮ ਗੋਂਖਰੂ ਜਾਂ ਪਕੜਾ ਇੱਕੋ ਹੀ ਗੱਲ 20 ਗ੍ਰਾਮ ਬਦਾਰੀ ਕੰਧ 20 ਗ੍ਰਾਮ ਬੀ ਇਮਲੀ 20 ਗ੍ਰਾਮ ਸਿੰਗਾੜੇ 20 ਗ੍ਰਾਮ ਬਾਮਣ ਸਫੇਦ 20 ਗ੍ਰਾਮ ਬਾਮਣ ਲਾਲ 20 ਗ੍ਰਾਮ ਤਾਵਰ 20 ਗ੍ਰਾਮ ਇਹ ਚੀਜ਼ਾਂ ਤੁਸੀਂ ਇਕੱਠੀਆਂ 20 20 ਗ੍ਰਾਮ ਜਾਂ 55 55 ਗ੍ਰਾਮ ਜਾਂ 30 30 ਗ੍ਰਾਮ ਬਰਾਬਰ ਸ਼ਮਤਾ ਲੈ ਕੇ ਸਾਰੀ ਇਕੱਠੀ ਗ੍ਰाइंड ਬਿਲਕੁਲ ਪਾਊਡਰ ਬਿਲਕੁਲ ਬਰੀਕ ਪਾਊਡਰ ਕਰ ਲੈਣਾ ਵਾ ਇਹਨੂੰ ਚਮਚ ਸਵੇਰੇ ਚਮਚ ਸ਼ਾਮ ਨੂੰ ਦੁੱਧ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੈ ਜਿਨਾਂ ਨੂੰ ਸਟੈਮਿਨ ਦੀ ਕਮੀ ਹੈ ਬਾਲਵਾ ਕਹਿ ਰਹੇ ਜਿਹੜੇ ਗੱਲ ਨਹੀਂ ਕਰ ਪੰਦੇ ਕਿਸੇ ਨੱਚੀ ਜਗਦੇ ਨੇ ਉਹ ਚੁੱਪਚਾ ਕੇ ਚੀਜ਼ਾਂ ਲੈਣ ਬਹੁਤ ਜ਼ਿਆਦਾ ਤੁਹਾਡੇ ਅੰਦਰ ਵੀਕਨੈਸ ਜਿਹੜੀ ਹੈਗੀ ਆ ਉਹ ਦੂਰ ਹੋ ਜਾਏਗੀ ਹੁਣ ਆਪਾਂ ਤੀਜੇ ਨੁਕਸੇ ਬਾਰੇ ਗੱਲ ਕਰਦੇ ਆਂ ਡਾਇਬੀਟਿਸ 슈ਗਰ 슈ਗਰ ਇਹੋ ਜੀ ਬਿਮਾਰੀ ਹੈ ਜੋ ਕਿ ਤੁਹਾਡਾ ਸਾਰਾ ਸ਼ਰੀਰ ਹੀ ਖਤਮ ਕਰ ਦਿੰਦੀ ਹੈ ਤੁਹਾਡੀ ਸਭ ਤੋਂ ਵੱਧ ਇਫੈਕਟ ਕਰਦਾ ਕਿਡਨੀਜ਼ ਨੂੰ ਹਰ 4 ਬੰਦਿਆਂ ਦੇ ਮਗਰ ਇੱਕ ਬੰਦੇ ਨੂੰ ਸ਼ੂਗਰ ਦੀ ਬਿਮਾਰੀ ਹੈ ਹੀ ਹੈ ਜੋ ਕਿ ਲੱਖਾਂ ਰੁਪਏ ਖਰਚ ਕਰ ਚੁੱਕੇ ਨੇ ਇਨਸੂਲਿਨ ਤੱਕ ਲੈਂਦੇ ਨੇ ਛੇਤਲਾ ਇਸ ਸ਼ਾਮਦ ਐਲੋਪੈਥੀ ਮੈਡੀਸਿਨ ਲੈਂਦੇ ਨੇ ਪਰ ਸ਼ੂਗਰ ਫੇਰ ਵੀ ਕੰਟਰੋਲ ਨਹੀਂ ਆਉਂਦੀ ਉਹਦੇ ਵਿੱਚ ਆਪਾਂ ਲੈਣੇ ਬੀ ਮੇਥੀ 50 ਗ੍ਰਾਮ ਬੀ ਮੇਥੀ ਆਪਾਂ ਲੈਣੇ ਨੇ ਅਈ ਬਾਬਾ ਲੈਣਾ 50 ਗ੍ਰਾਮ ਫਿਰ ਆਪਾਂ ਲੈਨੇ ਜਾਮੂਨ ਦੀ ਕਿਟਕਾਂ ਸਾਫ ਹੋਣ 50 ਗ੍ਰਾਮ ਫਿਰ ਇਹਨੇ ਸੁੱਕੇ ਕਰੇਲੇ 50 ਗ੍ਰਾਮ ਕਾਲੀ ਜੀਰੀ 50 ਗ੍ਰਾਮ ਫਿਰ ਆਪਾਂ ਨੇ ਮੀਚਕਾ ਗਿਰੀ ਇਹਨੂੰ ਵੀ 50 ਗ੍ਰਾਮ ਫਿਰ ਇਹਨੇ ਕਟਕੀ ਜਿਹਨੂੰ ਆਪਾਂ ਕੋੜ ਵੀ ਕਹਿੰਦੇ ਆ 50 ਗ੍ਰਾਮ ਫਿਰ ਆਪਾਂ ਲੈਣੀ ਪ੍ਰੀ ਟੋਡੀ 50 ਗ੍ਰਾਮ ਉਸ ਆਪਾਂ ਲੈਣੀ ਨੀਮ ਪੱਤੇ 50 ਗ੍ਰਾਮ ਆਪਾਂ ਇਹ ਸਾਰੀ ਚੀਜ਼ਾਂ ਨੂੰ ਰੇਲਾ ਕੇ ਇਹਨੂੰ ਗ੍ਰਾਈਂਡ ਕਰਕੇ ਚਮਚ ਸਵੇਰੇ ਸ਼ਾਮ ਕੋਸੇ ਪਾਣੀ ਲੈਣਾ ਵਾ ਸਵੇਰੇ ਨੀਨੇ ਕਲੇ ਜੇ ਖਾਣਾ ਖਾਣ ਤੋਂ ਪਹਿਲਾਂ ਨਾਸ਼ਤਾ ਕਰਨ ਤੋਂ ਪਹਿਲਾਂ ਸ਼ਾਮੀ ਜਿਸਲੇ ਮਰਜੀ 10 ਦਿਨਾਂ ਤੱਕ ਤੁਹਾਨੂੰ ਬਹੁਤ ਜ਼ਿਆਦਾ ਬ ਚਾਰਾਂ ਨਹੀਂ ਛੜਨੀ ਬਸ ਜਦੋਂ ਆਪਾਂ ਮੈਡੀਸਿਨ ਸ਼ੁਰੂ ਕੀਤੀ ਹੈ 10 ਦਿਨ ਬਾਅਦ 15 ਦਿਨ ਬਾਅਦ ਵੀ ਡੋਸੇਜ ਆਪੇ ਘਟਾ ਲੈਣੀ ਹੈ ਉਲੀ ਡੋਸੇਜ ਘਟਾ ਕੇ ਉਲੀ ਆਪਾਂ ਨੂੰ ਬੰਦ ਕਰ ਦੇਣਾ ਵਾ ਸਭ ਤੋਂ ਵਧੀਆ ਚੀਜ਼ ਸੈਰ ਸਵੇਰੇ ਅੱਧਾ ਘੰਟਾ ਪੌਣਾ ਘੰਟਾ ਹਰੀ ਘਾਸ ਤੇ ਆਪਾਂ ਸੈਰ ਜ਼ਰੂਰ ਕਰਨੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਚੌਥੇ ਨੁਕਸੇ ਬਾਰੇ weight loss ਜਿੰਨਾ weight ਬਹੁਤ ਜ਼ਿਆਦਾ ਹੈ ਕਾਬੂ ਨਹੀਂ ਆਂਦਾ ਉਹਨਾਂ ਵਾਸਤੇ ਆਪਾਂ ਬਹੁਤ ਜ਼ਿਆਦਾ ਬਿਹਤਰੀਨ ਨੁਕਸਾ ਲੈ ਕੇ ਆਏ ਹਾਂ ਪਰ ਨੁਕਸਾ ਦੱਸਣ ਤੋਂ ਪਹਿਲਾਂ ਆਪਾਂ ਦੋ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਇੱਕ ਤਾਂ ਤਲੀ ਚੀਜ਼ਾਂ ਦਾ ਪਰਹੇਜ਼ ਤੇ ਪਲੱਸ ਐਕਸਰਸਾਈਜ਼ ਆਪਾਂ ਜ਼ੋਰ ਲਗਾਨੀ ਹੈ ਆਪਾਂ ਤੁਹਾਨੂੰ ਨੁਕਸ਼ੇ 'ਤੇ ਦੱਸਦੇ ਹਾਂ ਆਮਲਾ 50 ਗ੍ਰਾਮ ਨਾਗਰ ਮੋਤਾ 50 ਗ੍ਰਾਮ ਹਲੜਾ ਛਿਲਕਾ 50 ਗ੍ਰਾਮ ਬੇੜਾ ਛਿਲਕਾ 50 ਗ੍ਰਾਮ ਬਾਵੜੀ 50 ਗ੍ਰਾਮ ਫਿਰ ਆਪਾਂ ਲੈਣੀ ਮਗਾ 25 ਗ੍ਰਾਮ ਸੁੰਡ 25 ਗ੍ਰਾਮ ਇਹ ਸਾਰੀ ਚੀਜ਼ਾਂ ਆਪਾਂ ਰਲਾ ਕੇ ਬਿਲਕੁਲ ਪਾਊਡਰ ਫਾਈਨ ਕਰਕੇ ਚਮਚ ਫੇਰੇ ਚਮਚਾ ਮੀ ਉਸੇ ਪਾਣੀ ਨਾਲ ਆਪਾਂ ਲੈਣਾ ਵਾ ਬਹੁਤ ਜ਼ਿਆਦਾ ਬੈਨੀਫਿਟ ਰਹੇਗਾ ਮੈਂ बार-बार ਕਹ ਰਿਹਾ ਐਕਸਰਸਾਈਜ਼ ਜ਼ਰੂਰ ਕਰਨੀ ਹੈ ਤਲੀ ਚੀਜ਼ਾਂ ਆਪਾਂ ਪ੍ਰੇਰਿ ਰੱਖਣਾ ਫਿਰ ਆਪਾਂ ਇਹ ਮੈਡੀਸਨ ਖਾਣ ਦਾ ਨੁਫਾਦਾ ਮਿਲੇਗਾ ਸਾਡਾ 45 ਦਾ ਕੰਮ 90 ਸਾਲ ਪੁਰਾਣਾ ਕੰਮ ਹੈ ਮੈਂ ਚੌਥੀ ਪੀੜ੍ਹੀ ਇਸ ਕੰਮ ਚ ਸਾਡੇ ਪਹਿਲਾਂ ਪਰਦਾਦਾ ਜੀ ਨੇ ਕੰਮ ਚ ਸ਼ੁਰੂ ਕੀਤਾ ਸੀ ਫਿਰ ਮੇਰੇ ਦਾਦਾ ਜੀ ਆਏ ਫਿਰ ਮੇਰੇ ਪਾਪਾ ਜੀ ਆਏ ਉਸ ਤੋਂ ਬਾਅਦ ਮੈਂ ਇਹ ਕੰਮ ਚ ਸਵਾਗ ਮੰਡੀ ਜੈ ਰਾਮ ਸਿੰਘ ਪੰਸਾਰੀ ਅੰਮ੍ਰਿਤਸਰ ਦੇ तो फ्रेंड बहुत ही बढ़िया इनका आयुर्वेदिक सामान होता है जी ये आप देख सकते हो तो अगर आप अमृतसर में हो तो आप एक बार इनके पास ट्राई करना तो फ्रेंड 90 साल से ये काम कर रहे हैं तो आप एक बार इनके पास ज़रूर ट्राई करना तो अगर आपको जो वीडियो अच्छी लगे तो प्लीज़ इसे लाइक और शेयर कीजिएगा और हमारे फूड लवर पेज को फॉलो कीजिएगा थैंक यू